ਹੈਲੋ ਫਰੈਂਡਸ, ਗੁੱਡ ਈਵਨਿੰਗ। ਮੈਂ ਅੱਜ ਹੈਗਾ ਚੰਡੀਗੜ੍ਹ 15 ਸੈਕਟਰ, ਜਿਹੜਾ ਕਿ ਪੰਜਾਬ ਯੂਨੀਵਰਸਿਟੀ ਦੇ ਲਾਗੇ ਆ। ਅਤੇ ਅੱਜ ਆਪਾਂ ਵੇਖਾਂਗੇ ਚਾਈਨੀਜ਼ ਫੂਡ ਮਾਰਕੀਟ 15 ਦੀ। ਅਤੇ ਇਹ ਮੇਰੇ ਪਿੱਛੇ ਸਾਰੀ ਫੂਡ ਮਾਰਕੀਟ ਹੈ 15 ਸੈਕਟਰ ਦੀ। ਅਤੇ ਇਹਦੀ ਮੈਂ ਲੋਕੇਸ਼ਨ ਵੀ ਸ਼ੇਅਰ ਕਰੂੰਗਾ, ਅਤੇ ਤੁਸੀਂ ਜੇ ਆਉਣਾ ਇਹਦੀ ਇੱਥੇ ਲੋਕੇਸ਼ਨ ਦੇਖ ਕੇ ਆ ਸਕਦੇ ਹੋ। ਅਤੇ ਬਾਕੀ ਇੱਥੇ ਨਿਊਡਲਸ, ਮੋਮੋਸ, ਸਪਰਿੰਗ ਰੋਲ, ਮਤਲਬ ਤੁਹਾਨੂੰ ਚਾਈਨੀਜ਼ ਆਈਟਮ ਕੋਈ ਵੀ ਜਿਹੜੀ ਹੈ ਚਾਹੀਦੀ ਹੈ ਵਧੀਆ, ਉਹ ਐਕਚੁਅਲ 'ਚ ਇੱਥੇ ਮਿਲ ਜਾਂਦੀ ਆ। ਕਾਫੀ ਰਸ਼ ਹੁੰਦਾ ਮਾਰਕੀਟ ਵਿੱਚ, ਅਤੇ ਇਹਦੇ ਓਪਨਿੰਗ ਟਾਈਮਿੰਗ ਜਿਹੜੇ ਆ 11 ਵਜੇ ਓਪਨ ਹੁੰਦੀ ਹੈ ਮਾਰਨਿੰਗ 'ਚ, ਅਤੇ 10 ਵਜੇ ਕਲੋਜ਼ ਹੋ ਜਾਂਦੀ ਹੈ ਰਾਤ ਨੂੰ। ਅਤੇ ਬਾਕੀ ਆ ਜਾਓ, ਆਪਾਂ ਦੇਖਦੇ ਹਾਂ ਕਿ ਕਿਵੇਂ ਦੀ ਮਾਰਕੀਟ ਆ ਜਾ। ਵੈਸੇ ਤਾਂ ਇੱਥੇ ਆ ਸ਼ੋਪਿੰਗ ਦਾ ਵੀ ਮਿਲਦਾ, ਪਰ ਉਹ ਆਪਾਂ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਦਿਖਾਊਂਗਾ। ਕਾਫੀ ਸਸਤੀ ਮਾਰਕੀਟ ਹੈ, ਅਤੇ ਇਹ ਚਾਈਨੀਜ਼ ਮਾਰਕੀਟ ਨੂੰ ਰਾਹ ਜਾਂਦਾ, ਮੈਂ ਉਹ ਤੁਹਾਨੂੰ ਦਿਖਾ ਰਿਹਾ। ਸਿੱਧੇ ਸਿੱਧੇ ਆ ਕੇ ਤੁਸੀਂ ਇਹ ਸਾਰੀ ਚਾਈਨੀਜ਼ ਮਾਰਕੀਟ ਸਟਾਰਟ ਹੋ ਜਾਂਦੀ ਹੈ ਇੱਥੋਂ। ਅਤੇ ਬਾਕੀ ਇੱਥੇ ਕਾਫੀ ਰਸ਼ ਆ, ਤੁਸੀਂ ਦੇਖ ਸਕਦੇ ਆ, ਸਾਰੀ ਚਾਈਨੀਜ਼ ਮਾਰਕੀਟ ਆ। ਅਤੇ ਬਾਕੀ ਆਪਾਂ ਦੇਖਦੇ ਹਾਂ ਸਾਨੂੰ ਜਗ੍ਹਾ ਕਿੱਥੇ ਮਿਲਦੀ ਰਹਿਣਾ ਉੱਥੇ। ਆਜੋ, ਸੀਟ ਮਿਲ ਗਈ ਆ। ਅਤੇ ਅਸੀਂ ਔਡਰ ਕਰਤਾ, ਇੱਕ ਸਪਰਿੰਗ ਰੋਲ ਕਰੇ ਨੇ ਔਡਰ, ਇੱਕ ਨਿਊਡਲਸ ਔਡਰ ਕਰਦੇ ਨੇ, ਇੱਕ ਮੋਮੋਜ਼ ਔਡਰ ਕਰੇ ਨੇ, ਜਿਹੜੇ ਕਿ ਇੱਥੇ ਬੈਸਟ ਮਿਲਦੇ ਨੇ। ਅਤੇ ਬਾਕੀ ਆਉਂਦਾ ਅਸੀਂ ਵੇਟ ਕਰ ਰਹੇ ਹਾਂ ਫੂਡ ਦੀ, ਕਿ ਜਲਦੀ ਜਲਦੀ ਫੂਡ ਆਵੇ, ਅਸੀਂ ਖਾਈਏ, ਕਿਉਂਕਿ ਬਹੁਤ ਭੁੱਖ ਲੱਗੀ ਹੈ ਅਸੀਂ। ਇਹ ਮੇਰੇ ਲੱਗਦਾ ਮੇਰੇ ਹੀ ਆ, ਮੋਮੋਜ਼ ਸਾਡੇ ਹੀ ਆ ਨਾ, ਆਪਣੇ ਮੋਮੋਜ਼ ਆ ਗਏ। ਯੈਸ, ਚਟਨੀ ਤਾਂ ਲਿਆ ਨਹੀਂ, ਚਟਨੀ ਵੀ ਹੈਗੀ ਆ, ਹੈਗੀ। ਫਾਈਨਲੀ ਸਪਰਿੰਗ ਰੋਲ ਵੀ ਆ ਗਏ, ਨਿਊਡਲਸ ਵੀ ਆ ਗਏ ਨੇ, ਸਪਰਿੰਗ ਰੋਲ ਵੀ ਆ ਗਏ ਨੇ, ਮੋਮੋਜ਼ ਵੀ ਆ ਗਏ ਨੇ। ਰਸ਼ ਹੁੰਦਾ ਅਤੇ ਹੁਣ ਅਸੀਂ ਖਾਵਾਂਗੇ, ਕਿਉਂਕਿ ਮੈਨੂੰ ਭੁੱਖ ਲੱਗੀ ਹੋਈ ਹੈ ਬਹੁਤ ਜ਼ਿਆਦਾ। ਇਹ ਸਾਡਾ ਗੋਪੀ ਵੀਰ ਹੈ, ਬਿਜ਼ੀ ਆ ਫੋਨ ਦੇ ਵਿੱਚ। ਅਤੇ ਚਲੋ ਗੋਪੀ ਵੀਰ, ਸਰਵਿਸ ਸ਼ੁਰੂ ਕਰੀਏ, ਦੇਖੋ ਵੀ ਭੁੱਖ ਲੱਗੀ ਹੋਈ ਹੈ। ਹਾਂਜੀ ਬਾਈ, ਫੂਡ ਆ ਗਿਆ, ਅਤੇ ਅਸੀਂ ਪਹਿਲਾਂ ਟਰਾਈ ਕਰਾਂਗੇ ਨਿਊਡਲਸ, ਅਤੇ ਮੋਮੋਜ਼ ਵੀ ਹੈਗੇ ਨੇ। ਨਹੀਂ, ਇਹਨੂੰ ਬਾਅਦ 'ਚ ਖਾਂਦੇ ਆਪਾਂ, ਪਹਿਲਾਂ ਆਪਾਂ ਇਹ ਖਾ ਲਿਆ। ਇਹਦੇ ਨਾਲ ਵਧੀਆ ਨਿਊਡਲ ਤੁਹਾਨੂੰ ਚੰਡੀਗੜ੍ਹ ਕਿੱਥੇ ਤੋਂ ਨਹੀਂ ਮਿਲਣੇ। 15 ਸੈਕਟਰ ਚਾਈਨੀਜ਼ ਫੂਡ ਮਾਰਕੀਟ, ਮੈਂ ਲੋਕੇਸ਼ਨ ਸ਼ੇਅਰ ਕਰ ਰਿਹਾ, ਜ਼ਰੂਰ ਆਉਣਗੇ, ਟਰਾਈ ਕਰਿਓ। ਯੂਨੀਵਰਸਿਟੀ ਦੇ ਕੋਲ ਆ, ਪੰਜਾਬ ਯੂਨੀਵਰਸਿਟੀ ਕੋਲ। ਅਸੀਂ ਇਹਦੇ ਮੋਮੋਜ਼ ਵੀ ਖਾ ਕੇ ਦੇਖਦੇ ਹਾਂ, ਦੇਖੋ ਫਰਾਈਡ ਵੀ ਮਿਲਦੇ ਆ, ਨੋਨ ਵੈਜ ਵੀ ਮਿਲਦੇ ਆ। ਮੈਂ ਵੈਜ ਖਾਂਦਾ ਆ। ਸਪਰਿੰਗ ਰੋਲ ਰਹਿ ਗਏ, ਆਜੋ। ਮੈਂ ਤਾਂ ਇੱਦਾਂ ਨਹੀਂ ਕਰਨਾ ਜਿੱਦਾਂ ਮੈਨੂੰ ਪਤਾ, ਅਤੇ ਬਟ ਬਹੁਤ ਟੇਸਟੀ ਨੇ, ਮੈਨੂੰ ਸਪਰਿੰਗ ਰੋਲ ਦੇ ਆਪਾਂ। ਬੈਸਟ ਆ, ਸੀਰੀਅਸਲੀ ਬਹੁਤ ਟੇਸਟੀ ਨੇ, ਜ਼ਰੂਰ ਆਓ ਅਤੇ ਖਾਓ। ਇਹ ਸਾਰਾ ਸਿਟਿੰਗ ਏਰੀਆ ਹੈ, ਤੁਸੀਂ ਇੱਥੇ ਬਹਿ ਸਕਦੇ ਹੋ। ਸਾਰੀ ਸਾਰੀ ਇਹ ਮਾਰਕੀਟ ਹੈ, ਇੱਥੇ ਬਹੁਤ ਰਸ਼ ਹੁੰਦਾ ਸ਼ਾਮ ਨੂੰ। ਸਾਰੀ ਚਾਈਨੀਜ਼ ਫੂਡ ਮਾਰਕੀਟ ਹੈ, ਸਾਰੇ ਸਟਾਲ ਨੇ ਇੱਥੇ ਦਾ ਖਾਣ ਵਾਲੇ, ਚਾਈਨੀਜ਼ ਮਾਰਕੀਟ ਨੂੰ ਮੇਨ ਕਹਿੰਦੇ ਆ। ਅਤੇ ਮੇਰਾ ਤਾਂ ਇਹ ਸਰ ਬੈਸਟ ਆ, ਇਹਦੇ ਕੋਲ ਆ ਸਕਦੇ ਹੋ, ਖਾ ਸਕਦੇ ਹੋ। ਇਹਨਾਂ ਦੀ ਕਿਚਨ ਆ, ਇਹ ਬਾਈ ਸਾਫ਼ ਕਰ ਰਿਹਾ, ਸਾਫ਼ ਕਰਕੇ ਇੱਥੇ ਬਣਾਉਂਦਾ ਹੁੰਦਾ। ਸਰ ਕੀ ਬਣਾਉਣ ਲੱਗਿਆ? ਚੀਜ਼ ਪਟੈਟੋ ਬਣਾਉਣ ਲੱਗਿਆ ਮੈਂ ਕਰ ਰਿਹਾ। ਉਹ ਅਗੋਂ ਮਟੀਰੀਅਲ ਪਿਆ ਹੁੰਦਾ, ਇੱਦਾਂ ਥੋੜ੍ਹਾ ਐਡਵਾਂਸ ਬਣਾ ਲੈਂਦੇ ਆ। ਇਹ ਕਿੰਨੇ ਵਜੇ ਓਪਨ ਹੁੰਦੀ ਤੁਹਾਡੀ ਮਾਰਕੀਟ? 12 ਵਜੇ ਓਪਨ ਹੁੰਦੀ ਆ, 11 ਵਜੇ ਸਵੇਰੇ ਓਪਨ ਹੁੰਦੀ ਆ, ਸ਼ਾਮ ਨੂੰ ਕਲੋਜ਼ ਕਿੰਨੇ ਵਜੇ ਹੁੰਦੀ ਆ? 10 ਵਜੇ। ਅਤੇ ਇਹ 10 ਵਜੇ ਮਾਰਕੀਟ ਕਲੋਜ਼ ਹੋ ਜਾਂਦੀ ਆ, ਅਤੇ ਸੰਡੇ ਵੀ ਖੁੱਲ੍ਹੀ ਹੁੰਦੀ ਆ, ਇਹਨਾਂ ਦਾ ਮੈਨਿਊ ਆ, ਤੁਸੀਂ ਈਜ਼ੀਲੀ ਦੇਖ ਸਕਦੇ ਹੋ, ਬਾਹਲੀ ਮਹਿੰਗਾ ਨਹੀਂ ਹੈਗਾ, ਸਸਤਾ ਹੀ ਆ ਇਹ। ਇਹਨਾਂ ਕੋਲ ਕੀ ਮਿਲਦਾ ਤੁਸੀਂ ਹੋਮ ਡਿਲੀਵਰੀ ਦੇ ਦਿੰਦੇ ਆ, ਹੋਮ ਡਿਲੀਵਰੀ ਵੀ ਦੇ ਦਿੰਦੇ ਆ। ਅਤੇ ਬਾਕੀ ਇਹਦੀ ਲੋਕੇਸ਼ਨ ਪਾ ਰਿਹਾ ਮੈਂ, ਇਹ ਸਾਰੀ ਸਾਰੀ ਮਾਰਕੀਟ ਆ, ਹਰੇਕ ਚੀਜ਼ ਮਿਲ ਜਾਂਦੀ ਈਜ਼ੀਲੀ। ਬਾਈ ਬਣਾ ਰਿਹਾ ਜੀ, ਸਾਰੀ ਸਾਰੀ। ਬਾਕੀ ਇਹ ਕੱਪੜੇ ਦੀ ਮਾਰਕੀਟ ਆ 15 ਵਾਲੀ, ਇਹਦੇ ਬੈਕ ਸਾਈਡ 'ਤੇ ਆ, ਅਤੇ ਤੁਸੀਂ ਆ ਕੇ ਮੈਂ ਲੋਕੇਸ਼ਨ ਵੀ ਸ਼ੇਅਰ ਕਰ ਰਿਹਾ, ਤੁਸੀਂ ਪੁੱਛਦਾ। ਗੋਪੀ ਬਾਈ ਮੇਰਾ ਇੱਧਰ ਫਿਰ ਰਿਹਾ, ਕੀ ਗੱਲ, ਜ਼ਿਆਦਾ ਖਾ ਲਿਆ ਤੁਸੀਂ? ਇਹਨੇ ਜ਼ਿਆਦਾ ਖਾ ਲਿਆ ਜੀ, ਤਾਂ ਕਰਕੇ ਹੁਣ ਟਹਿਲ ਰਿਹਾ ਮਾਰਕੀਟ ਦੇ ਵਿੱਚ।
ਈਜ਼ੀਲੀ ਇੱਥੇ ਬਾਈਕ ਆਪਣੀ ਜਾਂ ਕਾਰ ਵੀ ਤੁਹਾਡੇ ਕੋਲ ਤੁਸੀਂ ਪਾਰਕ ਕਰ ਸਕਦੇ ਹਾਂ ਜਿੱਦਾਂ ਮੈਂ ਕਰੀ ਹੋਈ ਆ ਅਤੇ ਤੁਸੀਂ ਇੱਥੇ ਕਾਰ ਪਾਰਕ ਕਰਕੇ ਈਜ਼ੀਲੀ ਮਾਰਕੀਟ 'ਚ ਜਾ ਸਕਦੇ ਹਾਂ ਉਹ ਸਾਹਮਣੇ ਇੱਥੋਂ ਮਾਰਕੀਟ ਚਲੀ ਜਾਂਦੀ ਅੰਦਰ ਸਾਰੀ ਸਾਰੀ ਹਾਂਜੀ ਦੋਸਤੋ ਕਿਵੇਂ ਦੀ ਲੱਗੀ ਮੇਰੀ ਵੀਡੀਓ ਜ਼ਰੂਰ ਦੱਸਿਓ ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਜੇ ਹੋਰ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਅਤੇ ਜੇ ਤੁਹਾਨੂੰ ਇੱਦਾਂ ਦੀਆਂ ਹੋਰ ਵੀਡੀਓਜ਼ ਚਾਹੀਦੀਆਂ ਜਾਂ ਲੋਕੇਸ਼ਨਸ ਬਾਰੇ ਇਨਫੋਰਮੇਸ਼ਨ ਚਾਹੀਦੀ ਆ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਰਹੂੰਗਾ ਥੈਂਕ ਯੂ ਸੋ ਮੱਚ